ਨਿਊਜ਼ੀਲੈਂਡ ਵਾਸੀ ਜਸਮੀਤ ਸਿੰਘ ਨੇ ਦੱਸਿਆ ਕਿ ਕਿਵੇਂ ਡੇਰਾ ਬਿਆਸ ਮੁਖੀ ਕੋਲੋਂ ਦਾਦੂਵਾਲ ਨੇ 16 ਕਰੋੜ ਲਿਆ ਸੀ ਕਾਫੀ ਸਮਾਂ ਪਹਿਲਾਂ ਅਗਸਤ 2012 ਵਿੱਚ ਡੇਰਾ ਬਿਆਸ ਤੇ ਕੁਝ ਸਿੱਖ ਜਥੇਬੰਦੀਆਂ ਵਿਚਾਲੇ ਕਿਸੇ ਗੱਲ ਕਰਕੇ ਤਕਰਾਰ ਹੋ ਗਿਆ ਉਸ ਤਕਰਾਰ ਨੂੰ ਸੁਲਝਾਉਣ ਵਿੱਚ ਨਿਊਜ਼ੀਲੈਂਡ ਵਾਸੀ ਜਸਮੀਤ ਸਿੰਘ ਭੁੱਲਰ ਜੋ ਕਿ ਪੰਜਾਬ ਦੇ ਲੱड्डा ਕੋਠੀ ਪਿੰਡ ਸੰਗਰੂਰ ਜ਼ਿਲ੍ਹੇ ਤੋਂ ਹਨ ਨੇ ਕਾਫੀ ਅਹਿਮ ਭੂਮਿਕਾ ਨਿਭਾਈ ਪਰ ਉਹਨਾਂ ਨੇ ਉਸ ਸਮੇਂ ਆਪਣਾ ਨਾਂ ਗੁੱਤ ਰੱਖਣ ਲਈ ਕਿਹਾ ਸੀ ਪਰ ਜਦੋਂ ਉਹਨਾਂ ਨੇ ਹੁਣ ਦੇਖਿਆ ਕਿ ਦਾਦੂਵਾਲ ਬਰਗਾੜੀ ਕਾਂ ਦੇ ਉੱਪਰ ਕਾਂਗਰਸ ਨਾਲ ਮਿਲ ਕੇ ਫੇਰ ਉਸੇ ਤਰ੍ਹਾਂ ਦੀ ਰਾਜਨੀਤੀ ਕਰ ਰਿਹਾ ਹੈ ਤਾਂ ਉਹਨਾਂ ਨੂੰ ਦਾਦੂਵਾਲ ਦੀ ਅਸਲ ਸੱਚਾਈ ਲੋਕਾਂ ਸਾਹਮਣੇ ਲਿਆਉਣੀ ਪਈ ਇਸ ਵਿੱਚ ਉਹਨਾਂ ਨੇ ਦੱਸਿਆ ਕਿ ਹਰ ਇੱਕ ਵਾਰ ਦਾਦੂਵਾਲ ਮਾਮਲਾ ਜਾਣ ਬੁੱਝ ਕੇ ਜ਼ਿਆਦਾ ਉਸ਼ਾਲ ਕੇ ਉਸ ਵਿੱਚੋਂ ਮੋਟੀ ਰਕਮ ਹੜਪਦਾ ਹੈ ਮੈਂ ਹੁਣੇ-ਹੁਣੇ ਦਾਦੂਵਾਲ ਦੀ ਇੱਕ ਵੀਡੀਓ ਦੇਖੀ ਆ ਜਿਸ ਵਿੱਚ ਉਹ ਕਹਿ ਰਿਹਾ ਕਿ 6 ਨਵੰਬਰ 2015 ਨੂੰ ਉਸ ਦੀ ਇਰਾਦਾ ਸੁਆਮੀ ਡੇਰੇ ਵਿੱਚ ਸੁਖਬੀਰ ਤੇ ਮਜੀਠੀ ਨਾਲ ਸਰਬੱਤ ਖਾਲਸਾ ਰਕਾਉਣ ਲਈ ਮੁਲਾਕਾਤ ਹੋਈ ਸੀ ਇਹ ਉਹਦੀ ਬਿਲਕੁਲ ਗਲਤ ਗੱਲ ਆ ਇਹਦੀ ਉੱਥੇ ਕੋਈ ਮੁਲਾਕਾਤ ਨਹੀਂ ਹੋਈ ਇਹ ਰਾਧਾ ਸੁਆਮੀ ਡੇਰੇ ਦਾ ਨਾਮ ਸਿਰਫ ਤੇ ਸਿਰਫ ਆਪ ਹਾਈਲਾਈਟ ਹੋਣ ਲਈ ਵਰਤ ਰਿਹਾ ਮੈਂ ਇਹਨੂੰ ਪੁੱਛਣਾ ਚਾਹਣਾ ਕਿ ਆਪਾਂ ਸਿੱਖਾਂ ਤੂੰ ਵੀ ਇੱਕ ਅਮਰਤਾਰੀ ਸਿੱਖਾਂ ਤੂੰ ਆਪਣਾ ਸਿੱਖੀ ਦਾ ਪ੍ਰਚਾਰ ਕਰ ਅਮਰਤ ਸ਼ਕਾਉਣ ਦਾ ਪ੍ਰਚਾਰ ਕਰ ਓਵੇਂ ਤਾਂ ਤੁਸੀਂ ਡੇਰਾਬਾਦ ਦੇ ਖਿਲਾਫ ਹੋ ਫੇਰ ਤੂੰ ਹਰ ਬਾਰ ਡੇਰੇ ਦਾ ਨਾਮ ਕਿਉਂ ਵਰਤ ਰਿਹਾ ਆਪ ਹਾਈਲਾਈਟ ਹੋਣ ਲਈ ਜਦ ਕਿ ਉਹ ਅਲੱਗ ਗੱਲ ਆ ਵੀ ਰਾਧਾ ਸੁਆਮੀ ਡੇਰੇ 'ਚ ਕੱਲੀ ਗੁਰਬਾਣੀ ਦੀ ਵਿਆਖਿਆ ਹੁੰਦੀ ਆ ਗੁਰਬਾਣੀ ਦਾ ਪ੍ਰਚਾਰ ਆ ਪਰ ਮੈਂ ਤੁਹਾਨੂੰ ਕਹਿਣਾ ਵੀ ਤੂੰ ਡੇਰੇ ਦਾ ਨਾਂ ਕਿਉਂ ਵਰਤਦਾ ਇੱਥੇ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਮੈਂ ਉਹ ਸਖਸ਼ਾ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਅਗਸਤ 2012 ਦੇ ਵਿੱਚ ਜਦੋਂ ਰਾਧਾ ਸਵਾਮੀ ਡੇਰੇ ਤੇ ਸਿੱਖ ਜਥੇਬੰਦੀਆਂ ਦਾ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਇਆ ਸੀ ਤਾਂ ਮੈਂ ਉਸ ਟਾਈਮ ਰਾਧਾ ਸਵਾਮੀ ਡੇਰੇ ਦੇ ਵਿੱਚ ਜਾ ਕੇ ਸਿੱਖ ਜਥੇਬੰਦੀਆਂ ਤੇ ਡੇਰਾ ਮੁਖੀ ਦੀ ਮੁਲਾਕਾਤ ਕਰਵਾਈ ਸੀ ਉਸ ਟਾਈਮ ਦਾ ਦਾਦੂ ਵਾਲ ਵਿੱਚ ਇਨਵੋਲਵ ਨਹੀਂ ਸੀ ਬਾਅਦ ਚ ਦਾਦੂ ਵਾਲ ਨੇ ਆਪ ਵਿਚ ਇਨਵੋਲਵ ਹੋ ਕੇ ਡੇਰਾ ਮੁਖੀ ਨੂੰ ਗੁਰਦੁਆਰੇ ਬੁਲਾਇਆ ਆਪਣੇ ਵਿਆਹ ਤੇ ਬੁਲਾਇਆ ਫਿਰ ਉਸ ਤੋਂ ਬਾਅਦ ਇਹਨੇ 16 ਕਰੋੜ ਰੁਪਇਆ ਡੇਰਾ ਮੁਖੀ ਤੋਂ ਲਿਆ ਉਸ ਵਿਵਾਦ ਸਲਝਾਉਣ ਲਈ ਜਦ ਕਿ ਉਹ ਵਿਵਾਦ ਪਹਿਲਾਂ ਹੀ ਸਲਝ ਚੁੱਕਿਆ ਸੀ ਸੋ ਓਵੇਂ ਮੈਂ ਨੂੰ ਕਹਿਣਾ ਇਹ ਸੁਖਵੀਰ ਤੇ ਅਕਾਲੀ ਦਲ ਦੇ ਸ਼੍ਰੋਮਣੀ ਅਕਾਲੀ ਦਲ ਬਦਲ ਦੇ ਵਿਰੁੱਧ ਬੋਲਦਾ ਮੈਂ ਇੱਥੇ ਕੋਈ ਸ਼੍ਰੋਮਣੀ ਅਕਾਲੀ ਦਲ ਬਦਲ ਦਾ ਵਕੀਲ ਬਣ ਕੇ ਨਹੀਂ ਗੱਲ ਕਰ ਰਿਹਾ ਪਰ ਮੈਂ ਇੱਥੇ ਇਹ ਕਹਿਣਾ ਚਾਹਣਾ ਕਿ ਡੇਰਾ ਮੁਖੀ ਸੁਖਵੀਰ ਦੇ ਘਰੇ ਵੀ ਗਿਆ ਸੀ ਪਰ ਉਹਨੇ ਇੱਕ ਵਾਰ ਵੀ ਅਖਬਾਰ ਦੇ ਵਿੱਚ ਕੋਈ ਖਬਰ ਨਹੀਂ ਲਵਾਈ ਜਦ ਕੇ ਦਾਦੂਵਾਲ ਜਦੋਂ ਡੇਰਾ ਮੁਖੀ ਇਹਦੇ ਵਿਆਹ ਤੇ ਆਏ ਜਾਂ ਇਹਦੇ ਗੁਰਦੁਆਰੇ ਚ ਆਏ ਇਹਨੇ ਆਪ ਅਖਬਾਰਾਂ ਦੇ ਵਿੱਚ ਇੰਨੀਆਂ ਸੁਰਖੀਆਂ ਬਣੀਆਂ ਖਬਰ ਲਵਾਈ ਆਪਦੀ ਫੋਟੋ ਨਾਲ ਐਡਿਟ ਕਰਵਾ ਕੇ ਸੋ ਇਸ ਤੋਂ ਆਪਾਂ ਕੀ ਸਮਝ ਸਕਦੇ ਆ ਇਸ ਤੋਂ ਤਾਂ ਫਿਰ ਇਹੀ ਗੱਲ ਸਿੱਧ ਹੋਈ ਕਿ ਸੁਖਵੀਰ ਦਾਦੂਵਾਲ ਨਾਲੋਂ ਵਧਿਆ ਸਿੱਖ ਹੋਇਆ ਜਦ ਕੇ ਉਹ ਕਿਸੇ ਵੀ ਡੇਰੇ ਨੂੰ ਇਨਵੋਲਵ ਨਹੀਂ ਕਰ ਰਿਹਾ ਆਪਦੀ ਹਾਈਲਾਈਟ ਹੋਣ ਲਈ ਇੱਕ ਦਾਦੂ ਦਵਾਰੇ ਦਾ ਅਹਮਦਾਬਾਦ ਦਾ ਦਾਦੂ ਸਾਹ ਮਹੰਤ ਸੀ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ 1606 ਈਸਵੀ ਵਿੱਚ ਕਿਹਾ ਸੀ ਕਿ ਦਾਦੂ ਦਾਵਾ ਰੱਖ ਕੇ ਕਾਲੇ ਕਾਲੀ ਜੇ ਭਾਏ ਜੇ ਕੋ ਮਾਰੇ ਏਟ ਟੀਮ ਪੱਥਰ ਹਨੇ ਵਸਾਏ ਮਤਲਬ ਵੀ ਸਚਾਈ ਦਾ ਪੱਥਰ ਜ਼ੁਲਮ ਦੇ ਮਾਰਨਾ ਪਰ ਇੱਕ ਅੱਜ ਕੱਲ ਦੇ ਦਾਦੂਵਾਲ ਵਰਗੇ ਮਹੰਤ ਨੇ ਜਿਹੜੇ ਕਿ ਕਾਂਗਰਸ ਦੀ ਰਾਜਨੀਤੀ ਵਾਲਾ ਪੱਥਰ ਅਕਾਲੀ ਦਲ ਦੇ ਮਾਰ ਰਹੇ ਨੇ ਕਈ ਲੋਕ ਮੈਨੂੰ ਕਹਿੰਦੇ ਨੇ ਕਿ ਮੈਂ ਪਹਿਲਾਂ ਕਿਉਂ ਨਹੀਂ ਬੋਲਿਆ ਕਿ ਦਾਦੂਵਾਲ ਨੇ ਰਾਦਾ ਸੁਆਮੀ ਡੇਰਾ ਬਿਆਸ ਮੁਖੀ ਤੋਂ 16 ਕਰੋੜ ਲਿਆ ਪਹਿਲਾਂ ਇਸ ਲਈ ਨਹੀਂ ਬੋਲੇ ਸਾਨੂੰ ਇਹ ਸੀ ਚਲੋ ਸ਼ਾਂਤੀ ਤਾਂ ਹੋਈ ਚਾਹੇ ਕਿਸੇ ਵੀ ਕੀਮਤ ਤੇ ਹੋਈ ਇੱਕ ਮੈਂ ਅਮਰਤਾਰੀ ਸਿੱਖਾ ਮੈਂ ਇਹ ਵਿਸ਼ਵਾਸ ਨਹੀਂ ਰੱਖਦਾ ਕਿ ਮੈਂ ਕਿਸੇ ਦਾ ਨਾਮ ਲੈ ਕੇ ਆਪ ਹਾਈਲਾਈਟ ਹੋਵਾਂ ਇਸ ਵਾਰੀ ਬੋਲਣ ਦਾ ਇਹ ਕਾਰਨ ਹੈ ਕਿ ਦਾਦੂਆਲ ਵਰਗੇ ਲੋਕ ਹਰੇਕ ਵਾਰ ਜੋ ਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡਦੇ ਨੇ ਇਸ ਵਾਰ ਵੀ ਉਹ ਪ੍ਰਗਾੜੀ ਮੋਰਚੇ ਦੇ ਉੱਪਰ ਰਾਜਨੀਤੀ ਕਰ ਰਿਹਾ ਤਾਂ ਕਿ ਜਦੋਂ ਕੋਈ ਡੀਲ ਕਿਸੇ ਪਾਰਟੀ ਨਾਲ ਬਣ ਗਈ ਫਿਰ ਉਹ ਮੋਰਚਾ ਚੱਕਿਆ ਜਾ ਸਕੇ ਸੋ ਮੇਰੀ ਤੁਹਾਨੂੰ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਦਾਦੂ ਵਾਲ ਵਰਗੇ ਅੱਜ ਕੱਲ੍ਹ ਦੇ ਮਾਡਰਨ ਬਾਬਿਆਂ ਤੋਂ ਬਚ ਕੇ ਰਹੀਏ ਕੱਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗिए ਤੇ ਅਮਰਤ ਸਕੀਅਤੇ ਗੁਰੂ ਵਾਲੇ ਸਿੰਘ ਬਣੀਏ ਤੇ ਨਾਲ ਦੀ ਨਾਲ ਮੇਰੀ ਉਹਨਾਂ ਕਾਂਗਰਸ ਪਾਰਟੀ ਦੀਆਂ ਗੱਡੀਆਂ ਨੂੰ ਵੀ ਬੇਨਤੀ ਆ ਜਿਹੜੀਆਂ ਸੜਕਾਂ ਤੇ ਬੰਦੇ ਮਾਰਦੀਆਂ ਫਿਰਦੀਆਂ ਨੇ ਉਹਨਾਂ ਨੂੰ ਪਾਰਕਿੰਗ 'ਚ ਲਾ ਕੇ ਰੱਖਣ ਦੀ ਲੋੜ ਆ ਐਨਾ ਕਹਿੰਦੇ ਹੋਏ ਖੇਮਾ ਦੇ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੂ ਫੋਕਸ ਲਈ ਸੰਦੂ ਦੀ ਰਿਪੋਰਟ